आज सुबह सुबह अमृतसर पुलिस की दो युवकों से मुठभेड़ हो गई। इस दौरान युवकों ने पुलिस पर फायरिंग कर दी। इस दौरान अमृतसर पुलिस कमिश्नर गुरप्रीत सिंह भुल्लर ने मीडिया से बात करते हुए कहा है कि कल सुंदरनगर इलाके में गोलीबारी हुई थी। सोडा फैक्ट्री के मालिक पर गोली चलाई गई, जिसके चलते पुलिस को चीफ इंस्पेक्टर से सूचना मिली कि ये युवक अमृतसर के स्टार ब्रिज के पास खड़े हैं, जिसके चलते पुलिस ने इलाके में घेराबंदी कर और इन युवकों को काबू करने की कोशिश की। जहां से इन युवकों के बारे में पता चला कि हमें उनसे फंसे हुए हैं, पुलिस ने घेर कर पुलिस पर फायरिंग कर दी, जिस पर पुलिस ने जवाबी कार्रवाई की और एक युवक के पैर में भी गोली लगी और युवक घायल हो गया। पुलिस कमिशन ने बताया है कि इनके पास से दो पिस्तौल और ये 300 18 ਤੇ 19 कारतूस ਦੀ बरामद ਰਾਤ किए गए हैं। ਏ ਡਿਵੀਜ਼ਨ ਦੇ ਵਿੱਚ ਇੱਕ ਗਲਤੀ ਨਾਮ ਦਾ ਜਿਹੜਾ ਵਿਅਕਤੀ ਹੈ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਹੋ ਗਈ ਸੀਗੀ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ-ਵੱਖ ਇੰਟਰ ਗੈਂਗ ਰਾਈਵਲਰੀ ਟਾਈਪ ਜਿਹੜੀ ਇਹ ਚੀਜ਼ ਉਹ ਮਰਜ ਹੋਈ ਸੀ। ਤੋਂ ਸਾਡੀ ਜਿਹੜੀ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ ਉਹਦੇ ਤਹਿਤ ਸਾਡੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ। ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ, ਡੀਸੀਪੀ ਮਿਸਟਰ ਅਭਿਮਨਿਊ ਰਾਣਾ ਔਰ ਜਿਹੜੇ ਇੰਸਪੈਕਟਰ CIA ਅਮਨ, ਏ ਡਿਵੀਜ਼ਨ ਦੀ ਟੀਮ ਗੁਰਿੰਦਰਵੀਰ ACP, ਇਹ ਸਾਰੇ ਜਣੇ ਲੱਗੇ ਰਹੇ ਇਸ ਕੰਮ ਦੇ ਉੱਤੇ ਦਿਨ ਰਾਤ। ਔਰ ਅਸੀਂ ਇਹਦੇ 'ਚ ਬੰਦੇ ਜਿਹੜੇ ਆਇਡੈਂਟੀਫਾਈ ਕੀਤੇ ਪਹਿਲਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਟ੍ਰੇਲ 'ਤੇ ਜਦੋਂ ਜਾ ਰਹੇ ਸੀ ਤਾਂ ਉਹਨਾਂ ਦਾ ਐਕਸਚੇਂਜ ਆਫ ਫਾਇਰ ਹੋਇਆ, ਜਿੱਥੇ ਪੁਲਿਸ ਨਾਲ ਇਨਕਾਊਂਟਰ ਹੋਇਆ ਅੱਜ ਸਵੇਰੇ ਸੁਲਤਾਨਵਿੰਡ ਦੇ ਏਰੀਏ 'ਚ। ਉਹਦੇ 'ਚ ਇੱਕ ਬੰਦੇ ਦੇ ਜ਼ਖਮੀ ਹੋਇਆ ਜਿਹੜਾ ਮੁਲਜ਼ਮ ਸੀ, ਦੂਸਰਾ ਗ੍ਰਿਫਤਾਰ ਹੋਇਆ। ਇਹਦੇ ਜਿਹੜੀ ਹੁਣ ਤੱਕ ਦੀ ਤਫਤੀਸ਼ 'ਚ ਆਇਆ ਕਿ ਦੋ ਵਾਂਟਡ ਸ਼ੂਟਰ ਸੀ, ਰੇਸ਼ਮ ਸਿੰਘ ਏਲੀਅਸ ਬਾਊ, ਇਹ ਝਬਾਲ ਏਰੀਏ ਦਾ ਰਹਿਣ ਵਾਲਾ, ਰੇਸ਼ਮ ਸਿੰਘ ਏਲੀਅਸ ਬਾਊ। ਦੂਜਾ ਹੈਗਾ ਗੁਰਵਿੰਦਰ ਏਲੀਅਸ ਗੁਰੀ, ਜਿਹਦੇ ਗੋਲੀ ਲੱਗੀ ਹੈ। ਔਰ ਇਹ ਦੋਨੋਂ ਬੰਦਿਆਂ ਨੇ ਜਾ ਕੇ ਦੋ ਹੋਰ ਆਪਣੇ ਸਾਥੀਆਂ ਨਾਲ ਇਹ ਜਿਹੜਾ ਇੰਸੀਡੈਂਟ ਸੀ ਏ ਡਿਵੀਜ਼ਨ ਦੇ ਏਰੀਏ 'ਚ ਰਾਮਬਾਗ ਦੇ, ਉੱਥੇ ਉਹਨੂੰ ਅੰਜਾਮ ਦਿੱਤਾ ਸੀ। ਉਹ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਔਰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਜਿਹੜੇ ਸਾਡੀ ਇਨਵੈਸਟੀਗੇਸ਼ਨ ਹੈ ਬਹੁਤ ਫਾਸਟ ਅਤੇ ਵਧੀਆ ਤਰੀਕੇ ਨਾਲ ਉਹਨੂੰ ਨਿਭਾਇਆ ਗਿਆ ਔਰ ਇਹ ਕੇਸ ਟਰੇਸ ਵੀ ਹੋਇਆ ਅਤੇ ਬੰਦੇ ਵੀ ਅਰੈਸਟ ਹੋਏ। ਜਿਹੜੇ ਦੂਸਰੇ ਦੋ ਬੰਦੇ ਹੈ ਉਹ ਵੀ ਜਲਦੀ ਅਰੈਸਟ ਹੋਣ ਕੀਤੇ ਜਾਣਗੇ। ਇਹਦੇ 'ਚ ਜਿਹੜੀ ਰਿਕਵਰੀ ਹੈਗੀ ਆ ਉਹ ਇੱਕ ਗਲੋਕ ਪਿਸਟਲ ਹੈ, ਬੜਾ ਸਫਿਸਟੀਕੇਟਿਡ, ਔਰ ਉਹਦੇ ਨਾਲ ਇੱਕ 32 ਬੋਰ ਦਾ ਵੀ ਪਿਸਟਲ ਹੈਗਾ। ਇਹਦੇ ਨਾਲ 13 ਰਾਊਂਡਸ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਪਿਛਲੀ ਹਿਸਟਰੀ ਹੈ, ਰੇਸ਼ਮ ਸਿੰਘ ਏਲੀਅਸ ਬਾਊ ਜਿਹੜਾ ਮੇਜਰ ਸਿੰਘ ਦਾ ਬੇਟਾ ਝਬਾਲ ਕਲਾਂ ਦਾ, 4 FIR ਦਰਜ ਨੇ, ਆਰਮਜ਼ ਐਕਟ ਡਕੈਤੀ, ਇਹ ਤਰਨ ਤਾਰਨ, ਜ਼ੀਰਾ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿੱਚ ਨੇ। ਇਸ ਤੋਂ ਇਲਾਵਾ ਗੁਰਵਿੰਦਰ ਜਿਹੜਾ ਗੁਰੀ ਹੈ ਇਹਦੇ ਖਿਲਾਫ਼ ਵੀ 5 ਡਕੈਤੀ ਦੇ ਮਾਮਲੇ ਨੇ, ਆਰਮਜ਼ ਐਕਟ ਦਾ ਮਾਮਲਾ ਲੁਧਿਆਣੇ ਦੇ ਵਿੱਚ ਅਤੇ ਤਰਨ ਤਾਰਨ ਦੇ ਵਿੱਚ। ਇਹ ਜਿਹੜਾ ਕੰਪਲੇਨੈਂਟ ਇਸ ਕੇਸ 'ਚ ਹੈਗਾ ਉਹ ਜਸਦੀਪ ਏਲੀਅਸ ਸਾਜਨ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁੰਦਰ ਨਗਰ ਦੇ ਵਿੱਚ ਉਹ ਵਾਰਦਾਤ ਹੋਈ ਸੀ। ਸੋ ਇੱਕ ਇਹ ਹੈਗੀ ਹੈ। ਅੱਛਾ ਸਰ, ਸਵੇਰੇ ਜਿਹੜੀ ਇੰਸੀਡੈਂਟ ਹੋਇਆ ਉਹਦੇ ਵਿੱਚ ਕਿੰਨੀ ਕੁ ਗੋਲੀਆਂ ਚੱਲੀਆਂ ਨੇ ਤੇ ਕਿਸ ਤਰੀਕੇ ਨਾਲ ਹੋਇਆ? ਦੇਖੋ ਗੱਲ ਇਹ ਹੈ, ਜਦੋਂ ਮੁਲਜ਼ਮ ਨੂੰ ਘੇਰਦੇ ਆ ਤੁਹਾਨੂੰ ਪਤਾ ਕਿ ਜਿਹੜੇ ਵੈਲ ਆਰਮਡ ਕ੍ਰਿਮੀਨਲਸ ਹੁੰਦੇ ਨੇ ਉਹ ਆਪਣੇ ਡਿਫੈਂਸ ਵਾਸਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਪਰ ਸਾਡੀ ਟੀਮ ਸਤਰਕ ਸੀ ਔਰ ਸਫੀਸ਼ੀਐਂਟ ਫੋਰਸ ਸੀਗੀ। ਉਹਦੇ 'ਚ ਆਫੀਸਰਸ ਨੇ ਬੜਾ ਅੱਛਾ ਕੰਮ ਕੀਤਾ, ਰਿਟੈਲੀਏਟ ਕੀਤਾ ਔਰ ਉਹਦੇ 'ਚ ਜਿਹੜੇ ਦੋਨੋਂ ਮੁਲਜ਼ਮ ਕਾਬੂ ਕੀਤੇ ਗਏ। ਨਹੀਂ, ਉੱਥੋਂ ਆਪਣਾ ਜਾ ਰਹੇ ਸੀਗੇ ਨਾ ਜੀ, ਜਿਹਦਾ ਦੇਖੋ ਮੁਲਜ਼ਮ ਜਿਹੜਾ ਉਹ ਕੋਈ ਨਾ ਕੋਈ ਆਪਣੇ ਟਿਕਾਣੇ ਬਲਦਾ ਰਹਿੰਦਾ ਔਰ ਪੁਲਿਸ ਦਾ ਕੰਮ ਹੈ ਉਹਨਾਂ ਨੂੰ ਅਸੀਂ ਟਰੇਸ ਕਰਕੇ ਚੇਜ਼ ਕਰਨਾ। ਉਹ ਪੁਲਿਸ ਫੜ ਨਹੀਂ ਜਾ ਰਹੀ ਸੀ ਉਹਨਾਂ ਨੂੰ, ਔਨ ਇਨਫੋਰਮੇਸ਼ਨ ਬੇਸਡ, ਇੰਟੈਲੀਜੈਂਸ ਬੇਸਡ ਸਾਡਾ ਇਹ ਆਪਰੇਸ਼ਨ ਸੀਗਾ। ਅਸੀਂ ਉਹਨਾਂ ਨੂੰ ਫੜਨ ਵਾਸਤੇ ਹੀ ਪੁਲਿਸ ਪਾਰਟੀ ਉਹਨਾਂ ਦਾ ਪਿੱਛਾ ਕਰ ਰਹੀ ਸੀ। ਯਾਰ ਉਹ ਤੁਹਾਨੂੰ ਸਾਰੀ ਅਸੀਂ ਡਿਟੇਲ ਦੇ ਪ੍ਰੈਸ ਦੱਸ ਰਹੇ ਹਾਂ। ਮੇਰੇ ਦੋਸਤ ਵਾਰ ਵਾਰ ਮੈਨੂੰ ਪ੍ਰੈਸ ਕਰ ਰਹੇ ਵੀ ਹਿੰਦੀ 'ਚ ਵੀ ਦੇ ਦਿਓ, ਮੈਂ ਇੱਕ ਇੱਕ ਮਿੰਟ 'ਚ ਕਰ ਦਿੰਦਾ। ਹਾਂਜੀ, ਹਿੰਦੀ 'ਚ ਕਰ ਦਿੰਦੇ। ਕਿੰਨੇ ਰਾਊਂਡ ਚੇਂਜ ਫਾਇਰ ਕਿਵੇਂ ਹੋਏ ਆਪਾਂ? ਉਹ ਡਿਟੇਲ ਸਾਰੀ ਦਿੰਨੇ ਆ ਜੀ, ਹੁਣ ਟੋਟਲ ਦੇ ਦਿੰਨੇ। ਸਰ, ਸੁੰਦਰਨਗਰ ਇਲਾਕੇ ਦਾ ਤੁਸੀਂ ਦੱਸਿਆ ਜਾ ਰਹੇ ਹੋ, ਦੱਸਦੇ ਹੋ ਕਿ ਫਾਇਰਿੰਗ ਇਨਸੀਡੈਂਟ ਆਇਆ ਸੀ, ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤਾਂ ਉਹ ਪਰਿਵਾਰ ਕਹਿੰਦਾ ਸੀਗਾ ਸਾਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਸੀ ਕਾਫੀ ਲੰਬੇ ਸਮੇਂ ਤੋਂ। ਸਰ, ਇਹ ਪਤਾ ਲੱਗਦਾ ਹੈ ਇਹ ਕਿੰਨਾ ਨਾਲ ਸੰਬੰਧ ਸੀ, ਕਿ ਕਿਹੜੀ ਗੈਂਗ ਦੇ ਨਾਲ ਸੰਬੰਧ ਸੀ, ਕਿ ਕੋਈ ਫਰੋਤੀ ਦਾ ਮਸਲਾ ਸੀਗਾ, ਕੀ ਸੀਗਾ? ਦੇਖੋ, ਆਪਾਂ ਨੂੰ ਉਸ ਦਿਨ ਤੋਂ ਇੱਕ ਕਲੀਅਰ ਪਤਾ ਹੈ ਕਿ ਜੋ ਰਿਸਪੌਂਸਿਬਿਲਟੀ ਲਈ ਗਈ ਸੀ
वो इंटर गैंग राइवलरी टाइप जरा इंसीडेंट है। हूँ इन्हों की देखो पुछगिछ है, बंदा हॉस्पिटल च है और दूसरे की पुछगिछ हो रही है, तो शेयर की जाएगी इमीजिएटली सारी ये कार्रवाई। डेफिनेटली जी उन्होंने पहला किया, ता ही असी जरा अटैम्प्ट टू मर्डर का केस रजिस्टर किया, दोनों साइड तो फायरिंग हुई है और इंजर्ड होया। मैं एक इमीजिएटली कर दी है जी। इंडिया क्राइम न्यूज, जुर्म के खिलाफ जंग, आप देख रहे हैं इंडिया क्राइम न्यूज।